ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਤ ਕ੍ਰੀਏਸ਼ਨਸ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਆਨਲਾਈਨ ਸ਼ਾਪਿੰਗ ਦੇ ਵਿੱਚ ਹਾਜ਼ਰ ਹੋਏ ਹਾਂ ਤੁਹਾਡੇ ਲਈ ਲੈ ਕੇ ਸੋਹਣੇ ਸੋਹਣੇ ਸੂਟ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੇ ਕਸਟਮਰਸ ਦੇ ਆਪਾਂ ਰੈਡੀ ਕਰਵਾਏ ਸੂਟ ਹੈ ਉਹ ਤੁਹਾਨੂੰ ਦਿਖਾਵਾਂਗੇ ਅਤੇ ਇਹਨਾਂ ਨੂੰ ਦਿਖਾਉਣ ਦਾ ਸਾਡਾ ਪਰਪਜ਼ ਇਹ ਹੈ ਕਿ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੂਟ ਤਿਆਰ ਕਰਵਾ ਸਕਦੇ ਹੋ ਆਪਣੀ ਮਨਪਸੰਦ ਦਾ ਫੈਬਰਿਕ ਅਤੇ ਮਨਪਸੰਦ ਕਲਰ ਅਤੇ ਨਾਲ ਹੀ ਮਨਪਸੰਦ ਜਿਹੜੀ ਹੈ ਤੁਹਾਡੀ ਡਿਜ਼ਾਇਨਿੰਗ ਜਿਹੜੀ ਹੈ ਜਿਹੋ ਜਿਹੀ ਵੀ ਤੁਸੀਂ ਲਾਈਕ ਕਰਦੇ ਹੋ ਉਹੋ ਜਿਹੀ ਭੇਜ ਕੇ ਸਾਤੋਂ ਤਿਆਰ ਕਰਵਾ ਸਕਦੇ ਹੋ ਇਹ ਵਾਲਾ ਸੂਟ ਦੇਖੋ ਸਕਾਈ ਬਲੂ ਕਲਰ ਹੈ ਇਹਦਾ ਬਹੁਤ ਮਿੱਠਾ ਜਿਹਾ ਰੰਗ ਹੈ ਫੈਬਰਿਕ ਇਸਦਾ ਕਰੇਪ ਹੈ ਨੈਚੁਰਲ ਕਰੇਪ ਹੈ ਅਤੇ ਇਸਦੇ ਉੱਪਰ ਆਪਾਂ ਇਹ ਵਾਲਾ ਜਿਹੜਾ ਡਿਜ਼ਾਇਨ ਹੈ ਤਿਆਰ ਕਰਾਇਆ ਕਸਟਮਰ ਦੀ ਡਿਮਾਂਡ ਦੇ ਅਨੁਸਾਰ ਬਹੁਤ ਹੈਵੀ ਜਿਹੜਾ ਹੈ ਫਰੰਟ ਬਣਿਆ ਹੋਇਆ ਇਹਦਾ ਇਸ ਦੇ ਉੱਪਰ ਬਹੁਤ ਹੀ ਸੋਹਣਾ ਰੇਸ਼ਮ ਦਾ ਕੰਮ ਹੋਇਆ ਹੋਇਆ ਕਲਰ ਕੰਬੀਨੇਸ਼ਨ ਦੇ ਹਿਸਾਬ ਨਾਲ ਪਰਲ ਵਰਕ ਹੋਇਆ ਹੋਇਆ ਛੋਟਾ ਅਤੇ ਵੱਡਾ ਕੱਟ ਦਾਣਾ ਵੀ ਹੈ ਅਤੇ ਦਬਕਾ ਦਾ ਵਰਕ ਵੀ ਜਿਹੜਾ ਉਹ ਹੋਇਆ ਹੋਇਆ ਵਰਕ ਦੀ ਫਿਨਿਸ਼ਿੰਗ ਦੇਖੋ ਕਿੰਨੀ ਹੈ ਨਾਲ ਇਸਦੀਆਂ ਬਹੁਤ ਹੈਵੀ ਸਲੀਵਸ ਬਣੀਆਂ ਹੋਈਆਂ ਜਿਵੇਂ ਤੁਸੀਂ ਦੇਖ ਰਹੇ ਹੋ ਅੱਗੋਂ ਮੂਰੀ ਵੀ ਬਣੀ ਹੋਈ ਹੈ ਅਤੇ ਉੱਪਰ ਸ਼ੋਲਡਰ ਦੇ ਉੱਪਰ ਵੀ ਪੂਰਾ ਇੱਕ ਹੈਵੀ ਵਾਲਾ ਫਲਾਵਰ ਜਿਹੜਾ ਬਣਿਆ ਹੋਇਆ ਅਤੇ ਇਸਦੇ ਨਾਲ ਹੀ ਇਸਦੇ ਆਪਾਂ ਬੋਟਮ ਦੇ ਉੱਪਰ ਵੀ ਵਰਕ ਕਰਵਾਇਆ ਹੋਇਆ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਜਿਹੜਾ ਬੋਟਮ ਹੈ ਉਸਦੇ ਉੱਪਰ ਵੀ ਬੜੀ ਸੋਹਣੀ ਜਿਹੜੀ ਇਹ ਵੇਲ ਬਣੀ ਹੋਈ ਹੈ ਅਤੇ ਇਸ ਤੋਂ ਅਗਲਾ ਸੂਟ ਜਿਹੜਾ ਹੈ ਤੁਹਾਨੂੰ ਦਿਖਾ ਰਹੀ ਹਾਂ ਗੋਲਡਨ ਐਂਡ ਬੋਟਲ ਗ੍ਰੀਨ ਦਾ ਕੰਬੀਨੇਸ਼ਨ ਹੈ ਇਹ ਇਹ ਵਾਲਾ ਤਾਂ ਬੋਟਮ ਹੈ ਇਹਦੇ ਨਾਲ ਪਲੇਨ ਦੇ ਵਿੱਚ ਇਹਦੇ ਨਾਲ ਜਿਹੜਾ ਆਪਾਂ ਸ਼ਰਟ ਦੇ ਉੱਪਰ ਵਰਕ ਕਰਵਾਇਆ ਇਹ ਸਾਡੇ ਸੂਟ ਜਿਹੜੇ ਕਸਟਮਰਸ ਦੀ ਡਿਮਾਂਡ ਅਨੁਸਾਰ ਤਿਆਰ ਕੀਤੇ ਗਏ ਆ ਪਹਿਲਾਂ ਵਾਲਾ ਜਿਹੜਾ ਸੀ ਸੂਟ ਮੈਂ ਤੁਹਾਨੂੰ ਦਿਖਾਇਆ ਸਕਾਈ ਬਲੂ ਉਹ ਹੈਂਡ ਵਰਕ 'ਤੇ ਸੀ ਅਤੇ ਇਹ ਵਾਲਾ ਸੂਟ ਜਿਹੜਾ ਉਹ ਮਸ਼ੀਨ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਇਸਦਾ ਵੀ ਫੈਬਰਿਕ ਜਿਹੜਾ ਉਹ ਨੈਚੁਰਲ ਕਰੇਪ ਹੈ ਇਸ ਦੇ ਉੱਪਰ ਵੀ ਬੜਾ ਸੋਹਣਾ ਕੰਮ ਜਿਹੜਾ ਪੈਚ ਵੀ ਲੱਗਿਆ ਹੋਇਆ ਬੋਟਮ ਦੇ ਨਾਲ ਦਾ ਥਰੈਡ ਵਰਕ ਵੀ ਹੈ ਬੜਾ ਸੋਹਣਾ ਅਤੇ ਨਾਲ ਆਹ ਆਰਕੰਡੀ ਦੇ ਬਣ ਕੇ ਫਲਾਵਰਸ ਛੋਟੀਆਂ ਛੋਟੀਆਂ ਬਰਡਸ ਜਿਹੜੀਆਂ ਬਣੀਆਂ ਹੋਈਆਂ ਉਸ ਹਿਸਾਬ ਨਾਲ ਸਾਰਾ ਸੂਟ ਜਿਹੜਾ ਉਹ ਰੈਡੀ ਹੋਇਆ ਇਸਦਾ ਨੈਕ ਜਿਵੇਂ ਤੁਸੀਂ ਦੇਖ ਰਹੇ ਹੋ ਹੈਵੀ ਵਾਲਾ ਨੈਕ ਹੈ ਸਲੀਵਸ ਹੈ ਅਤੇ ਨਾਲ ਇਹ ਵਾਲਾ ਘੇਰਾ ਬਣਿਆ ਹੋਇਆ ਸੂਟ ਸਾਡੇ ਕੋਲੋਂ ਜਲਦੀ ਚਲੇ ਜਾਣੇ ਹੁੰਦੇ ਆ ਇਸ ਕਰਕੇ ਥੋੜ੍ਹਾ ਪ੍ਰੈਸ ਨਾ ਕਰਨ ਦੀ ਦਿੱਕਤ ਹੈਗੀ ਅਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਜਿਹੜਾ ਉਹ ਰੈਡੀ ਕੀਤਾ ਇਹ ਬਸ ਅਸੀਂ ਹੁਣੇ ਪੈਕ ਕਰਨ ਵਾਲੇ ਹਾਂ ਪ੍ਰੈਸ ਕਰਕੇ ਅਤੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਉਵੇਂ ਦਿਖਾ ਰਹੇ ਫਿਰ ਪ੍ਰੈਸ ਕਰਕੇ ਖੋਲ੍ਹਣੇ ਥੋੜ੍ਹੇ ਜਿਹੇ ਔਖੇ ਹੋ ਜਾਂਦੇ ਆ ਪੈਕ ਕੀਤੇ ਹੋਏ ਦੁਪੱਟੇ ਦੇ ਉੱਤੇ ਫੋਰ ਸਾਈਡਿਡ ਜਿਹੜਾ ਹੈ ਉਹ ਸ਼ਰਟ ਨਾਲ ਦਾ ਜਿਹੜਾ ਹੈ ਫੈਬਰਿਕ ਆਪਾਂ ਉਹ ਲਗਵਾਇਆ ਅਤੇ ਨਾਲ ਦੁਪੱਟੇ ਦੇ ਵਿੱਚ ਸਾਰੀਆਂ ਬਰਡਸ ਜਿਹੜੀਆਂ ਉਹ ਬਣੀਆਂ ਹੋਈਆਂ ਜਿਵੇਂ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਸੂਟ ਹੈ ਇਹ ਅਗਲੇ ਵਾਲਾ ਜਿਹੜਾ ਸੂਟ ਹੈ ਬਨਾਰਸੀ ਸੂਟ ਦੇ ਵਿੱਚ ਇਹ ਵੀ ਕਸਟਮਰ ਦੀ ਡਿਮਾਂਡ ਅਨੁਸਾਰ ਬੋਟ ਨੈਕ ਬਣਿਆ ਹੋਇਆ ਇਹਦਾ ਅਤੇ ਇਸ ਦੇ ਨਾਲ ਪਰਲ ਵਰਕ ਵਾਲੀ ਜਿਹੜੀ ਹੈ ਲੇਸ ਲਗਾ ਕੇ ਡਿਜ਼ਾਇਨਿੰਗ ਕਰਵਾਈ ਹੋਈ ਹੈ ਅਤੇ ਇਸ ਦੇ ਨਾਲ ਡਾਈਡ ਜਿਹੜਾ ਹੈ ਉਹ ਪਲਾਜ਼ੋ ਆਪਾਂ ਪੈਂਟ ਪਲਾਜ਼ੋ ਰੈਡੀ ਕੀਤਾ ਜਿਵੇਂ ਤੁਸੀਂ ਦੇਖ ਰਹੇ ਹੋ ਅਤੇ ਨਾਲ ਹੀ ਇਹਦੇ ਬੋਟਮ ਦੇ ਉੱਪਰ ਵੀ ਆਪਾਂ ਲੇਸ ਲਗਵਾਈ ਹੈ ਬੜਾ ਸੋਹਣਾ ਸੂਟ ਤਿਆਰ ਹੋਇਆ ਇਹ ਵੀ ਕਸਟਮਰ ਦਾ ਅਤੇ ਇਹਦੇ ਨਾਲ ਦੁਪੱਟਾ ਦੇਖੋ ਆਪਾਂ ਰੈਡੀ ਕਰਵਾਇਆ ਇਹ ਬਨਾਰਸੀ ਸੂਟ ਸੀਗਾ ਜਿਹੜਾ ਕਿ ਆਪਾਂ ਡਾਈ ਕਰਵਾਇਆ ਅਤੇ ਨਾਲ ਇਹਦੇ ਦੁਪੱਟਾ ਜਿਹੜਾ ਫੋਰ ਸਾਈਡਿਡ ਰੈਡੀ ਕਰਵਾਇਆ ਅਤੇ ਅਗਲਾ ਸੂਟ ਜਿਹੜਾ ਹੈ ਉਹ ਵੀ ਬਨਾਰਸੀ ਦੇ ਵਿੱਚ ਹੀ ਹੈ ਸਾਡੇ ਇੱਕ ਬੜੇ ਵਧੀਆ ਜੇ ਕਸਟਮਰ ਦਾ ਸੂਟ ਹੈ ਖੈਰ ਕਸਟਮਰ ਸਾਰੇ ਹੀ ਬਹੁਤ ਵਧੀਆ ਹੁੰਦੇ ਨੇ ਇਹ ਵਾਲਾ ਵੀ ਬੜਾ ਯੂਨੀਕ ਜਿਹਾ ਕਲਰ ਹੈ ਹਲਕਾ ਮਹਿੰਦੀ ਜਿਹਾ ਕਲਰ ਹੈ ਬਨਾਰਸੀ ਸੂਟ ਹੈ ਇਹ ਵੀ ਇਹ ਡਾਈ ਹੋ ਕੇ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਇਹਦਾ ਬਾਰਡਰ ਅਤੇ ਉੱਪਰ ਸਾਰਾ ਫਰੰਟ ਇਹ ਸ਼ਰਟ ਹੈ ਇਹ ਇਸ ਤਰ੍ਹਾਂ ਹੀ ਡਾਈ ਹੋ ਕੇ ਬਣੇਗਾ
ਤੇ ਨਾਲ ਵਾਲਾ ਦੁਪੱਟਾ ਤੇ ਸ਼ਰਟ। ਠੀਕ ਹੈ ਜੀ, ਆਹ ਬਾਟਮ ਹੈ ਨਾਲ ਦੇ। ਇਸ ਤੋਂ ਬਾਅਦ ਖੀਨ ਖਾਬ ਦੇ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਹਾਂ ਉਹਨਾਂ ਦੇ ਵਿੱਚੋਂ ਅਸੀਂ ਕਸਟਮਰ ਦਾ ਇਹ ਵਾਲਾ ਸੂਟ ਆਪਾਂ ਰੈਡੀ ਕਰਵਾਇਆ। ਉਹਨਾਂ ਨੇ ਉੱਪਰ ਕੁਛ ਨਹੀਂ ਸੀ ਕਰਵਾਉਣਾ ਕਿਉਂਕਿ ਇਹ ਸੂਟ ਜਿਹੜਾ ਉਹ ਆਲਰੇਡੀ ਕੱਪੜਾ ਹੀ ਬੜਾ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਹੈਗਾ ਤੇ ਉਹਨਾਂ ਨੇ ਉੱਪਰ ਕੁਛ ਨਹੀਂ ਕਰਵਾਇਆ, ਉਹਨੂੰ ਸਿੰਪਲ ਰੱਖਿਆ। ਪਰ ਇਸ ਦੇ ਨਾਲ ਉਹਨਾਂ ਨੇ ਦੁਪੱਟਾ ਜਿਹੜਾ ਹੈ ਉਹ ਰੈਡੀ ਕਰਵਾਇਆ। ਜਿਵੇਂ ਤੁਸੀਂ ਦੇਖਦੇ ਹੋ, ਜਿਵੇਂ ਤੁਸੀਂ ਦੇਖ ਰਹੇ ਹੋ, ਇਹ ਵਾਲੀ ਸੋਹਣੀ ਲੈਸ ਹੈ ਮਲਟੀ ਕਲਰ, ਜਿਵੇਂ ਕਿ ਸੂਟ ਦੇ ਉੱਤੇ ਜਿਹੜੇ ਕਲਰਸ ਲੱਗੇ ਹੋਏ ਆ, ਬਹੁਤ ਸੋਹਣੀ ਲੇਸ ਹੈ। ਇਹਦੇ ਨਾਲ ਇਹ ਜਿਹੜੀਆਂ ਗੋਲਡਨ ਗੋਟੇ ਦੀਆਂ ਬਰੀਕ ਵਾਲੇ ਦੀਆਂ ਆਪਾਂ ਕਲੀਆਂ ਪਵਾਈਆਂ ਦੁਪੱਟੇ ਦੇ ਉੱਪਰ ਤੇ ਨਾਲ ਬਾਟਮ ਰੈਡੀ ਕੀਤਾ ਹੋਇਆ। ਤੇ ਉਮੀਦ ਕਰਦੇ ਹਾਂ ਕਿ ਸਾਰੇ ਸੂਟ ਤੁਹਾਨੂੰ ਬੜੇ ਪਸੰਦ ਆਏ ਹੋਣਗੇ। ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਟਿਚਿੰਗ ਦੇ ਲਈ, ਡਿਜ਼ਾਈਨਿੰਗ ਦੇ ਲਈ ਤੁਸੀਂ ਜਿਹੜਾ ਹੈ ਉਹ ਆਰਡਰ ਕਰ ਸਕਦੇ ਹੋ ਆਪਣੇ ਲਈ ਵੀ। ਤੇ ਇਹਨਾਂ ਵਿੱਚੋਂ ਜਿਹੜਾ ਜਿਹੜਾ ਵੀ ਡਿਜ਼ਾਈਨ ਜਾਂ ਕਲਰ ਜਾਂ ਫੈਬਰਿਕ ਜਿਹੜਾ ਤੁਸੀਂ ਲਾਈਕ ਕਰਦੇ ਹੋ ਉਹਦਾ ਸਕਰੀਨਸ਼ਾਟ ਲੈ ਕੇ ਆਪਾਂ ਉਸ ਤਰ੍ਹਾਂ ਦਾ ਜਿਹੜਾ ਤੁਹਾਡਾ ਆਰਡਰ ਪ੍ਰਿਪੇਅਰ ਕਰ ਦੇਵਾਂਗੇ। ਤਾਂ ਉਸ ਚੀਜ਼ ਲਈ ਤੁਸੀਂ ਸਾਡੇ ਵਟਸਐਪ ਨੰਬਰ ਦੇ ਉੱਪਰ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਤੇ ਇਸ ਤਰ੍ਹਾਂ ਦੀਆਂ ਨਵੀਆਂ ਤੇ ਸੋਹਣੀਆਂ ਸੋਹਣੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨਾਲ ਬਣੇ ਰਿਹਾ ਕਰੋ। ਰੀਤ ਕ੍ਰੀਏਸ਼ਨਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ। ਧੰਨਵਾਦ, ਰੱਬ ਰਾਖਾ।